ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਂਗੇ ਡਾਕਟਰ ਰਾਜਪਾਲ ਸਿੰਘ ਨਾਲ ਜਿਹੜੇ ਕਿ ਮੂਡ ਡਿਸਆਰਡਰ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਨਾਲ ਕੰਮ ਕਰਦੇ ਨੇ। ਡਾਕਟਰ ਸਾਹਿਬ ਸਾਡੇ ਨਾਲ ਮਨੋਵਿਗਿਆਨਿਕ ਅਤੇ ਹੋਰ ਚਿਕਿਤਸਾਵਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਆ ਕੇ ਗੱਲਬਾਤ ਕਰਿਆ ਕਰਦੇ ਨੇ ਅਤੇ ਪਿਛਲੇ ਹਫ਼ਤੇ ਇਹਨਾਂ ਨੇ ਗੱਲ ਕੀਤੀ ਸੀ ਮੈਮਰੀ ਦੇ ਸੰਬੰਧ ਵਿੱਚ, ਮੈਮਰੀ ਹੈ ਕੀ ਹੈ, ਕਿੱਥੇ ਸਟੋਰ ਹੁੰਦੀ ਹੈ, ਜਿਹੜੀਆਂ ਰਿਸਰਚਸ ਚੱਲ ਰਹੀਆਂ ਨੇ, ਅਤੇ ਨਾਲ ਹੀ ਅਸੀਂ ਪਿਛਲੇ ਹਫ਼ਤੇ ਗੱਲਬਾਤ ਕੀਤੀ ਸੀ ਕਿ ਮੈਮਰੀ ਕੋਈ ਹੋਵੇ ਬੱਚਾ ਜਾਂ ਕੋਈ ਵੱਡੀ ਉਮਰ ਦਾ, ਹਰ ਇੱਕ ਕੋਈ ਚਾਹੁੰਦਾ ਕਿ ਉਸਦੀ ਜਿਹੜੀ ਮੈਮਰੀ ਹੈ ਉਹ ਚੰਗੀ ਰਹੇ। ਇਹ ਮੈਮਰੀ ਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ, ਕਿਹੜੇ ਉਹ ਵੱਖਰੇ ਵੱਖਰੇ ਸਟੈਪਸ ਨੇ ਜਿਨ੍ਹਾਂ ਦਾ ਸਹਾਰਾ ਲੈ ਕੇ ਅਸੀਂ ਆਪਣੀ ਮੈਮਰੀ ਨੂੰ ਸਟਰੋਂਗ ਕਰ ਸਕਦੇ ਹਾਂ, ਔਰ ਇਸ ਬਾਰੇ ਜਾਣਕਾਰੀ ਲੈਣੇ ਡਾਕਟਰ ਰਾਜਪਾਲ ਸਿੰਘ ਤੋਂ। ਜੀ ਹਾਂ ਜੀ ਡਾਕਟਰ ਸਾਹਿਬ, ਵੈਲਕਮ। ਥੈਂਕ ਯੂ ਜੀ, ਥੈਂਕ ਯੂ। ਸੋ ਮੈਮਰੀ ਨੂੰ ਇੰਪਰੂਵ ਕਰਨ ਦੇ ਜੀ ਬੜੇ ਸਾਰੀਆਂ ਟੈਕਨੀਕਸ ਨੇ, ਬੜੇ ਸਾਰੇ ਹਰ ਇੱਕ ਮੁਲਕ ਦੇ ਹਰ ਇੱਕ ਬਜ਼ੁਰਗਾਂ ਦਾ ਵੱਖਰਾ ਕਹਿਣਾ ਹੁੰਦਾ ਹੈ, ਨਵੀਂ ਰਿਸਰਚਸ ਕੁਝ ਹੋਰ ਕਹਿੰਦੀਆਂ ਨੇ। ਸੋ ਤੁਸੀਂ ਸਾਨੂੰ ਅੱਜ ਦੱਸੋ ਕਿ ਇਹ ਜਿਹੜੇ ਕੁਝ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਅਸੀਂ ਕੰਮ ਕਰਕੇ ਵੱਖਰੇ ਵੱਖਰੇ ਤਰੀਕਿਆਂ ਨਾਲ ਕਿਵੇਂ ਆਪਣੀ ਮੈਮਰੀ ਨੂੰ ਇੰਪਰੂਵ ਕਰ ਸਕਦੇ ਹਾਂ ਜੀ? ਹਾਂਜੀ, ਪਿਛਲੇ ਵੀਕ ਅਸੀਂ ਜਦੋਂ ਗੱਲ ਕੀਤੀ ਸੀ ਖਾਣੇ ਦੀ ਵੀ ਗੱਲ ਹੋਈ ਸੀ, ਥੋੜ੍ਹੀ ਗੱਲ ਬਰੀਫਲੀ ਹੋਈ ਸੀ, ਬਰੀਫਲੀ ਗੱਲ ਹੋਈ ਸੀ ਜੀ। ਅਤੇ ਮੈਮਰੀ ਨੂੰ ਜਿਹੜਾ ਹੈਗਾ, ਪਹਿਲਾਂ ਤਾਂ ਹੈਗਾ ਕਿ ਜੇ ਕੋਈ ਚੀਜ਼ ਮੈਮਰੀ ਖਰਾਬ ਕਰ ਰਹੀ ਹੈਗੀ ਆ, ਉਹ ਪਹਿਲਾਂ ਠੀਕ ਹੋਣੀ ਚਾਹੀਦੀ ਹੈ ਤਾਂ ਕਿ ਮੈਮਰੀ ਖਰਾਬ ਨਾ ਹੁੰਦੀ। ਜਿਸ ਤਰ੍ਹਾਂ ਤੁਸੀਂ ਕਿਹਾ ਸੀ ਸ਼ਰਾਬ ਹੈਗੀ ਹੈ, ਤਲੀਆਂ ਜ਼ਿਆਦੀਆਂ ਚੀਜ਼ਾਂ ਖਾਣੀਆਂ, ਤਲੀਆਂ ਵਾਲੀਆਂ ਚੀਜ਼ਾਂ ਬਾਰੇ ਨਹੀਂ ਨਹੀਂ ਗੱਲ ਹੋਈ, ਨਸ਼ਿਆਂ ਬਾਰੇ ਗੱਲ ਹੋਈ ਸੀ। ਰਾਈਟ, ਜੇ ਅਸੀਂ ਕੋਈ ਮੈਡੀਕੇਸ਼ਨ ਲੈ ਰਹੇ ਹਾਂ ਉਹ ਸਾਡੀ ਇੰਟਰਫੇਅਰ ਕਰ ਰਹੀ ਹੈਗੀ ਆ, ਜੇ ਸਾਡੀ ਕੋਈ ਡੈਫੀਸੈਂਸੀ ਹੈਗੀ ਆ ਵਾਈਟਮਿਨ B12 ਦੀ ਡੈਫੀਸੈਂਸੀ ਹੈਗੀ ਆ, ਉਹ ਸਾਨੂੰ ਥਾਈਮੀਨ ਦੀ ਜਿਹੜੀ ਡੈਫੀਸੈਂਸੀ ਸ਼ਰਾਬੀਆਂ 'ਚ ਹੋ ਜਾਂਦੀ ਹੈਗੀ, ਉਹ ਜਿਹੜੀਆਂ ਜੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜੀ। ਹੁਣ ਅੱਜ ਜਿਹੜੀ ਗੱਲ ਕਰਨੀ, ਅੱਜ ਅਸੀਂ ਕਰਨੇ ਹਾਂ ਕਿ ਅਸੀਂ ਜੇ ਮੈਮਰੀ ਨੂੰ ਚੰਗਾ ਰੱਖਣਾ ਚਾਹੀਏ ਤਾਂ ਕੀ ਕਰਨਾ ਚਾਹੀਦਾ ਹੈਗਾ, ਅਤੇ ਇਹਦੇ 'ਚ ਪਿਛਲੀਆਂ ਗੱਲਾਂ ਵੀ ਹੋਣਗੀਆਂ, ਅੱਜ ਦੀਵੇਂ ਆਉਣਗੀਆਂ ਜੀ। ਪਹਿਲੀ ਗੱਲ ਤਾਂ ਹੈਗੀ ਆ ਕਿ ਜੇ ਇਹਨੂੰ ਆਪਾਂ ਵਰਤਦੇ ਰਹੀਏ ਮੈਮਰੀ ਨੂੰ ਠੀਕ, ਤਾਂ ਫਿਰ ਠੀਕ ਰਹਿਣੀ ਆ। ਇਹ ਬਾਕੀ ਸਰੀਰ ਦੇ ਅੰਗਾਂ ਵਾਂਗ ਹੈਗੀ ਆ, ਰਾਈਟ, ਬ੍ਰੇਨ ਦੇ ਜਿੰਨੇ ਫੰਕਸ਼ਨ ਹੈਗੇ ਨੇ, ਜੇ ਤੁਸੀਂ ਨਾ ਵਰਤੋਗੇ ਤਾਂ ਉਹ ਫਿਰ ਹੌਲੀ ਹੌਲੀ ਸਲੋ ਹੁੰਦੇ ਜਾਂਦੇ ਨੇ, ਕਿਉਂਕਿ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਅਤੇ ਉਹ ਸਟਰੈਂਥਨ ਨਹੀਂ ਹੁੰਦੇ ਜੀ। ਅਤੇ ਮੈਮਰੀ ਦਾ ਵੀ ਬ੍ਰੇਨ 'ਚ ਇਸ ਤਰ੍ਹਾਂ ਹੈਗਾ ਕਿ ਜਿਹੜੇ ਉਹ ਬ੍ਰੇਨ ਦੇ ਪਾਥਵੇ ਹੈਗੇ ਨੇ, ਨਰਵ ਪਾਥਵੇ ਹੈਗੇ ਨੇ, ਉਹ ਜੇ ਆਪਾਂ ਸਟਰੈਂਥਨ ਨਹੀਂ ਕਰਦੇ ਤਾਂ ਇਹ ਫਿਰ ਉਹਨਾਂ ਨੂੰ ਐਕਸਰਸਾਈਜ਼ ਨਹੀਂ ਹੁੰਦੀ ਅਤੇ ਉਹ ਫਿਰ ਕਮਜ਼ੋਰ ਹੁੰਦੇ ਚਲੇ ਜਾਂਦੇ। ਸੋ ਜਦੋਂ ਵਰਤੋਂ ਦੀ ਤੁਸੀਂ ਗੱਲ ਕਰਦੇ ਹੋ, ਕਿਵੇਂ ਵਰਤੋਂ ਕੀਤੀ ਜਾਏ? ਸਾਨੂੰ ਜੇ ਤੁਸੀਂ ਮੈਮਰੀ ਨੂੰ ਆਪਣੇ ਨੂੰ ਠੀਕ ਰੱਖਣਾ ਚਾਹੁੰਦੇ ਹੈਗੇ ਜੇ, ਤਾਂ ਕੁਝ ਨਵੀਆਂ ਚੀਜ਼ਾਂ ਸਿੱਖਦੇ। ਓਕੇ, ਮਤਲਬ ਵੀ ਕੋਈ ਪੜ੍ਹੋ ਤੁਸੀਂ, ਕੋਈ ਨਵੀਂ ਚੀਜ਼ ਸਿੱਖੋ, ਫਿਰ ਤੁਸੀਂ ਤਾਸ਼ ਖੇਡਦੇ ਨੇ ਲੋਕ ਸਾਡੇ ਪਿੰਡ 'ਚ, ਲੋਕ ਸੀਪ ਖੇਡਦੇ ਰਿਹਾ, ਉਹ ਕਹਿੰਦੇ ਰਿਹਾ ਕਿ ਸੀਪ ਖੇਡਦੇ ਰਹੋ ਤੁਹਾਡੀ ਮੈਮਰੀ ਨਹੀਂ ਖਰਾਬ ਹੁੰਦੀ। ਉਹ ਜਦੋਂ ਮੈਂ ਹੁਣ ਰਿਸਰਚ ਪੜ੍ਹਦਾ ਅਤੇ ਹੋਸਪਿਟਲ ਬੈਠਾ, ਮੈਨੂੰ ਲੱਗਦਾ ਕਿ ਉਹ ਮਤਲਬ ਵੀ ਪੱਤੇ ਯਾਦ ਰੱਖਣੇ ਕਿ ਕੁਛ ਕਰਨ ਨਵੀਆਂ ਚੀਜ਼ਾਂ। ਪਿੰਡਾਂ 'ਚ ਵਿੱਚ ਅਸੀਂ ਦੇਖਦੇ ਸਾਂ ਕਿ ਲੇਡੀਜ਼ ਸਵੈਟਰ ਬੁਣਦੀਆਂ ਸੀ, ਨਵੇਂ ਨਵੇਂ ਪੈਟਰਨ ਸਿੱਖਦੀਆਂ ਸੀ ਬੁਢਾਪੇ ਤੱਕ ਵੀ, ਉਹ ਸਾਰੀਆਂ ਚੀਜ਼ਾਂ ਕਾਫੀ ਇਫੈਕਟਿਵ ਸਨ। ਓਕੇ, ਹਾਂ, ਉਹ ਜਿਹੜੇ ਸਾਰਾ ਬ੍ਰੇਨ ਨੂੰ ਵਰਕ ਕਰਦੇ ਰਹਿਣਾ, ਚੀਜ਼ਾਂ ਜ਼ਬਾਨੀ ਚੇਤੇ ਰੱਖਣੀਆਂ, ਜੇ ਅਸੀਂ ਹੁਣ ਵੀ ਘਰਾਂ 'ਚ ਕਈ ਵੇਖ ਲਈ ਕਿ ਮੇਰੇ ਮਦਰ ਹੈਗੇ ਨੇ ਟੈਲੀਫੋਨ, ਉਹਨਾਂ ਨੂੰ ਨਹੀਂ ਭੁੱਲਦਾ, ਅਸੀਂ ਪੁੱਛ ਲੈਂਦੇ ਹਾਂ ਤਾਂ ਉਹਨਾਂ ਦੀ ਮੈਮਰੀ ਵਰਕ ਕਰਦੇ ਨੇ, ਉਹ ਯੂਜ਼ ਕਰਦੇ ਹੈਗੇ। ਰਾਈਟ, ਰਾਈਟ। ਅਤੇ ਜਦੋਂ ਅਸੀਂ ਯੂਜ਼ ਨਹੀਂ ਕਰਦੇ ਹੈਗੇ ਉਦੋਂ ਸਾਨੂੰ ਮੁਸ਼ਕਲ ਆਉਂਦੀ ਆ, ਅਤੇ ਯੂਜ਼ ਸਿਰਫ ਨਵੀਆਂ ਚੀਜ਼ਾਂ ਸਿੱਖਣ ਨਾਲ ਹੁੰਦਾ, ਜੇ ਅਸੀਂ ਇਕੱਲੀਆਂ ਪੈਟਰਨ ਵਾਲੀਆਂ ਚੀਜ਼ਾਂ ਕਰੀ ਜਾਈਏ ਤਾਂ ਉਹਦੇ ਨਾਲ ਫਿਰ ਸਾਡੀ ਐਕਸਰਸਾਈਜ਼ ਨਹੀਂ ਹੁੰਦੀ। ਰਾਈਟ, ਇਹ ਅਗੇਨ ਇੰਪੋਰਟੈਂਟ ਗੱਲ ਤੁਸੀਂ ਕਹੀ, ਕਿਉਂਕਿ ਦੇਖੋ ਬਜ਼ੁਰਗਾਂ ਨੂੰ ਅਜੇ ਵੀ ਨੰਬਰਸ ਯਾਦ ਹੁੰਦੇ ਨੇ ਫਟਾਫਟ, ਲੇਕਿਨ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ, ਕਿਉਂਕਿ ਹਰ ਇੱਕ ਚੀਜ਼ ਸਟੋਰ ਕੀਤੀ ਹੋਈ, ਉਹ ਬ੍ਰੇਨ ਨੂੰ ਅਸੀਂ ਫੰਕਸ਼ਨ ਹੀ ਨਹੀਂ ਫੰਕਸ਼ਨ ਹੀ ਨਹੀਂ ਕਰ ਲੈਂਦੇ। ਰਾਈਟ, ਪਰ ਉਹ ਜਿਹੜੀਆਂ ਨਵੀਆਂ ਚੀਜ਼ਾਂ ਹੈਗੀਆਂ ਉਹ ਵੀ ਹੈਲਪ ਕਰ ਸਕਦੀਆਂ, ਉਹ ਸਾਨੂੰ ਔਰਗੇਨਾਈਜ਼ ਹੋਣ 'ਚ ਹੈਲਪ ਕਰ ਸਕਦੀਆਂ ਨੇ, ਨੋਟ ਲਿਖਣ 'ਚ ਸਾਰਾ ਕੁਛ, ਉਹ ਸਾਨੂੰ ਔਰਗੇਨਾਈਜ਼ ਕਰਦੀਆਂ ਨੇ, ਉਹ ਸਾਡੀ ਮੈਮਰੀ ਨੂੰ ਵੀ ਔਰਗੇਨਾਈਜ਼ ਕਰਦੀਆਂ ਹੈਗੀਆਂ ਨੇ ਜੇ ਉਹਨਾਂ ਨੂੰ ਅਸੀਂ ਠੀਕ ਤਰ੍ਹਾਂ ਵਰਤੋਂ ਕਰੀਏ। ਰਾਈਟ, ਅਤੇ ਦੂਸਰਾ ਸਭ ਤੋਂ ਜਿਹੜਾ ਖਾਣ ਦੀ ਗੱਲ ਹੈਗੀ ਆ, ਓਮੈਗਾ 3 ਫੈਟੀ ਐਸਿਡ ਦਾ ਜੇ ਆਪਾਂ ਖਿਆਲ ਰੱਖੀਏ, ਅਤੇ ਨਸ਼ਿਆਂ ਵੱਲ ਆਪਾਂ ਥੋੜ੍ਹਾ ਜਿਹਾ ਖਿਆਲ ਰੱਖੀਏ, ਅਤੇ ਇਹ ਕਾਫੀ ਵਧੀਆ ਰਹੂਗਾ ਹੈਗਾ ਜੀ।
ਸਲੀਪ ਬਹੁਤ ਜ਼ਰੂਰੀ ਹੈਗੀ ਆ। ਓਕੇ, ਜੇ ਤੁਸੀਂ ਠੀਕ ਤਰ੍ਹਾਂ ਸੌਂਦੇ ਜੇ ਤਾਂ ਤੁਹਾਡੀ ਮੈਮਰੀ ਜਿਹੜੀ ਆ ਉਹ ਬੈਟਰ ਰਹਿੰਦੀ ਆ। ਅੱਛਾ ਜੀ, ਉਹਦੇ ਤਿੰਨ ਕਾਰਨ ਨੇ। ਓਕੇ, ਇੱਕ ਤਾਂ ਹੈਗਾ ਕਿ ਜਦੋਂ ਅਸੀਂ ਸੌਂਦੇ ਹੈਗੇ ਹਾਂ ਉਦੋਂ ਸਾਡੀ ਮੈਮਰੀ ਸਟੋਰ ਹੁੰਦੀ ਹੈਗੀ। ਠੀਕ, ਜੇ ਅਸੀਂ ਜਦੋਂ 6-8 ਘੰਟੇ ਹੀ ਸੌਂਦੇ ਹਾਂ ਸਾਡੀ ਮੈਮਰੀ ਸਟੋਰ ਹੁੰਦੀ ਆ। ਛੋਟੇ ਹੁੰਦੇ ਸਾਨੂੰ ਕਹਿੰਦੇ ਸੀ ਕਿ ਸਵੇਰੇ ਉੱਠ ਕੇ ਪੜ੍ਹੋ ਤੁਹਾਨੂੰ ਜ਼ਿਆਦਾ ਚੇਤੇ ਰਹੇਗਾ। ਐਕਚੁਲੀ ਲੌਂਗ ਟਰਮ ਮੈਮਰੀ ਵਾਸਤੇ ਰਾਤ ਨੂੰ ਤੁਸੀਂ ਪੜ੍ਹ ਕੇ ਜਦੋਂ ਸੌਂਦੇ ਜੇ ਉਹ ਲੌਂਗ ਟਰਮ ਮੈਮਰੀ 'ਚ ਪੈਂਦੀਆਂ ਨੇ ਚੀਜ਼ਾਂ। ਠੀਕ ਹੈ, ਇਸ ਕਰਕੇ ਬੜੀ ਹੈਲਪਫੁਲ ਹੈਗੀ ਆ। ਰਿਹਰਸਲ ਵੀ ਹੁੰਦੀ ਆ ਰਾਤ ਦੇ ਟਾਈਮ, ਜਦੋਂ ਬ੍ਰੇਨ ਸਲੋਅ ਵੇਵ 'ਚ ਹੁੰਦਾ ਅਤੇ ਕੁਛ ਚੀਜ਼ਾਂ ਦੀ ਰਿਹਰਸਲ ਵੀ ਹੁੰਦੀ ਹੈਗੀ ਆ, ਲੇਅਰਸ ਬਣਦੀਆਂ ਨੇ ਮੈਮਰੀਜ਼ ਦੀਆਂ, ਅਤੇ ਇਸ ਕਰਕੇ ਫਾਇਦਾ ਹੁੰਦਾ। ਦੂਸਰਾ ਹੈਗਾ ਕਿ ਜਦੋਂ ਅਸੀਂ ਅੱਛੀ ਨੀਂਦ ਸੌਂਦੇ ਹੈਗੇ ਹਾਂ ਉਹ ਸਾਰੇ ਦੌਰਾਨ ਬ੍ਰੇਨ ਜਿਹੜਾ ਸਟ੍ਰੈਸ ਤੋਂ ਮੁਕਤ ਹੁੰਦਾ ਹੈਗਾ। ਓਕੇ, ਸਟ੍ਰੈਸ ਜਿਹੜਾ ਹੈਗਾ ਉਹ ਤੀਸਰਾ ਸਾਡਾ ਸਟੈਪ ਹੈਗਾ, ਇਹਦੇ ਨਾਲ ਰਿਲੇਟਡ ਹੈਗਾ। ਸਟ੍ਰੈਸ ਨਾਲ ਜਿਹੜਾ ਕੋਰਟੀਸੋਲ ਹਾਰਮੋਨ ਹੈਗਾ ਸਾਡੇ ਬਲੱਡ 'ਚ ਪੈਂਦਾ ਹੈਗਾ, ਉਹ ਸਾਇੰਸਦਾਨਾਂ ਨੇ ਦੇਖਿਆ ਕਿ ਉਹਨਾਂ ਨੇ ਕੁਝ ਲੋਕਾਂ ਨੂੰ ਉਹ ਹਾਰਮੋਨਸ ਦਿੱਤਾ ਅਤੇ ਉਹਨਾਂ ਦੀ ਮੈਮਰੀ ਜਿਹੜੀ ਆ ਡਿਟੀਰੀਓਰੇਟ ਹੋਈ। ਠੀਕ ਹੈ, ਅਤੇ ਕੁਝ ਫਿਰ ਜਦੋਂ ਉਹਨਾਂ ਨੂੰ ਦੇਣਾ ਬੰਦ ਕਰਤਾ ਫਿਰ ਠੀਕ ਹੋ ਗਈ। ਓਕੇ, ਸੋ ਉਹ ਸਮਝਿਆ ਜਾਂਦਾ ਹੈਗਾ ਕਿ ਜਦੋਂ ਅਸੀਂ ਸੌਂਦੇ ਹੈਗੇ ਹਾਂ ਉਦੋਂ ਇਹ ਹਾਰਮੋਨ ਜਿਹੜਾ ਉਹ ਸਾਡੇ ਬਲੱਡ 'ਚ ਘੱਟ ਹੁੰਦਾ ਹੈਗਾ, ਅਤੇ ਇਹ ਵੀ ਇੱਕ ਇਸ ਤਰੀਕੇ ਨਾਲ ਕੰਮ ਕਰਦਾ। ਅਤੇ ਇਹਦੇ ਨਾਲ ਹੀ ਫਿਰ ਲੱਗਦਾ ਸਟ੍ਰੈਸ ਹੈਗਾ, ਜਦੋਂ ਅਸੀਂ ਸਟ੍ਰੈਸ ਅੰਦਰ ਹੁੰਦੇ ਹੈਗੇ ਹਾਂ ਅਤੇ ਉਦੋਂ ਸਾਡੀ ਮੈਮਰੀ 'ਚ ਫਰਕ ਪੈਂਦਾ ਹੈਗਾ। ਸਟ੍ਰੈਸ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈਗਾ, ਸਟ੍ਰੈਸ ਦਾ ਓਵਰਆਲ ਬ੍ਰੇਨ ਫੰਕਸ਼ਨ 'ਤੇ ਫਰਕ ਪੈਂਦਾ ਹੈਗਾ ਜੀ। ਇੱਕ ਚੀਜ਼ ਬੜੀ ਸਿੰਪਲ ਹੈਗੀ ਆ, ਸਰੀਰਕ ਐਕਸਰਸਾਈਜ਼ ਜੀ। ਇਹ ਅੱਜ ਕੱਲ੍ਹ ਜਿੰਨੀ ਵੀ ਰਿਸਰਚ ਆ ਰਹੀ ਹੈਗੀ ਆ ਇਹਨੂੰ ਬਹੁਤ ਸਪੋਰਟ ਕਰਦੀ ਹੈਗੀ ਅਤੇ ਮੈਮਰੀ ਵਿੱਚ ਵੀ ਸਪੋਰਟ ਕਰਦੀ ਹੈਗੀ। ਅੱਛਾ ਜੀ, ਬ੍ਰੇਨ ਜਿੱਦਾਂ ਡਿਪਰੈਸ਼ਨ ਬਾਰੇ ਅਸੀਂ ਗੱਲਾਂ ਕੀਤੀਆਂ ਸੀ ਉਹਦੇ ਵਿੱਚ ਫਰਕ ਪੈਂਦਾ, ਪਰ ਐਕਸਰਸਾਈਜ਼ ਨਾਲ ਸਾਡੀ ਨੀਂਦ 'ਚ ਫਰਕ ਪੈਂਦਾ। ਉਹਦੇ ਕਾਰਨ ਇਹ ਹੈਗੇ ਨੇ, ਇੱਕ ਤਾਂ ਕਾਰਨ ਹੈਗਾ ਕਿ ਸਾਡੀ ਜਿਹੜੀ ਬ੍ਰੇਨ ਹੈਗਾ ਉਹਨੂੰ ਆਕਸੀਜਨ ਪ੍ਰੋਪਰ ਮਿਲਦੀ ਹੈ। ਠੀਕ, ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਉਸ ਟਾਈਮ 'ਤੇ ਸਾਨੂੰ ਆਕਸੀਜਨ ਜ਼ਿਆਦਾ ਮਿਲਦੀ ਆ, ਰਾਈਟ, ਪਰ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹੈਗੇ ਹਾਂ ਸਾਡੀ ਜਿਹੜੀ ਲੰਗਸ ਦੀ ਜਿਹੜੀ ਕਪੈਸਿਟੀ ਹੈਗੀ ਆ ਵਧੀਆ ਰਹਿੰਦੀ ਆ, ਨਾਲੇ ਬਣੀ ਰਹਿੰਦੀ ਹੈਗੀ ਆ, ਰਾਈਟ, ਅਤੇ ਉਹ ਸਾਡੀ ਬ੍ਰੇਨ ਦੀ ਫੰਕਸ਼ਨਿੰਗ ਬੈਟਰ ਹੋ ਜਾਂਦੀ ਆ। ਅਤੇ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਜਿਹੜੇ ਨਿਊਟ੍ਰੋਫਿਨਸ ਹੈਗੇ ਨੇ ਜਿਹੜੇ ਬ੍ਰੇਨ ਦੇ ਵਿੱਚ ਹੁੰਦੇ ਨੇ ਜਿਹੜੇ ਨਰਚਰਿੰਗ ਦਾ ਕੰਮ ਕਰਦੇ ਨੇ ਬ੍ਰੇਨ ਨੂੰ ਖੁਰਾਕ ਦਾ ਜੀ, ਉਹ ਵੱਧ ਜਾਂਦੇ ਹੈਗੇ ਨੇ ਐਕਸਰਸਾਈਜ਼ ਨਾਲ, ਉਹਦਾ ਵੀ ਇਹ ਕਾਫੀ ਫਰਕ ਪੈਂਦਾ ਹੈਗਾ, ਰਾਈਟ। ਹਾਂਜੀ, ਇੱਕ ਜਿਸਾਂ ਤੁਸੀਂ ਗੱਲ ਕੀਤੀ ਹੈਗੀ ਹੈ ਇਹਦੇ ਵਿੱਚ, ਆਮ ਤੌਰ 'ਤੇ ਅਸੀਂ ਬਜ਼ੁਰਗਾਂ ਨੂੰ ਵੇਖਦੇ ਹਾਂ ਕਈ ਵਾਰ ਵੀ ਕਿ ਉਹ ਨਿਊਜ਼ ਪੇਪਰਸ ਨੂੰ ਲੈ ਕੇ ਬਜ਼ੁਰਗ ਜਿਹੜੇ ਨੇ ਖਾਸ ਤੌਰ 'ਤੇ ਮੇਨ ਸਟ੍ਰੀਮ ਦੇ ਲੋਕ ਉਹ ਪਜ਼ਲ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਕਰ ਰਹੇ ਨੇ ਜਾਂ ਕੋਈ ਜਿਹੜੇ ਫਿਲ ਇਨ ਦਾ ਵਰਡਸ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਨਾ ਕੋਈ ਆਪਣੇ ਬ੍ਰੇਨ ਨੂੰ ਕਿਸੇ ਨਾ ਕਿਸੇ ਪਾਸੇ ਲਾਈ ਰੱਖੋ ਤਾਂ ਕਿ ਉਹ ਤੁਹਾਡਾ ਦਿਮਾਗ ਜਿਹੜਾ ਹੈਗਾ ਐਮਟੀ ਨਾ ਰਹੇ, ਕੁਝ ਨਾ ਕੁਝ ਨਵਾਂ ਤੁਸੀਂ ਕਰਦੇ ਰਹੋ, ਸਿੱਖਦੇ ਰਹੋ, ਰਾਈਟ, ਹਾਂ, ਨਵਾਂ ਤੁਸੀਂ ਸਿੱਖਦੇ ਰਹੋ। ਉਹਨਾਂ ਨੇ ਤਾਂ ਇਹ ਵੀ ਦੇਖਿਆ ਹੈਗਾ ਕਿ ਜਿਹੜੇ ਲੋਕ ਬਾਇਲਿੰਗੁਅਲ ਨੇ ਜਿਹਨਾਂ ਨੂੰ ਜ਼ਿਆਦਾ ਲੈਂਗੁਏਜ ਆਉਂਦੀਆਂ ਨੇ, ਰਾਈਟ, ਉਹਨਾਂ ਦਾ ਵੀ ਕਈ ਵਾਰੀ ਬ੍ਰੇਨ ਦੀ ਮੈਮਰੀ ਜਿਹੜੀ ਉਹ ਬੈਟਰ ਰਹਿੰਦੀ ਹੈ। ਐਬਸੋਲੂਟਲੀ ਰਾਈਟ। ਔਰ ਜੇ ਤੁਸੀਂ ਓਲਡ ਵਿੱਚ ਨਵੀਆਂ ਲੈਂਗੁਏਜ ਸਿੱਖਦੇ ਹੈਗੇ ਜੇ, ਦੂਸਰਾ ਹੈਗਾ ਕਿ ਡਰੱਗਸ ਤੋਂ ਬਚੋ, ਜਿਹੜੀ ਭੰਗ ਹੈਗੀ ਆ, ਮੈਰੋਆਨਾ ਹੈਗੀ ਆ, THC ਹੈਗੀ ਆ, ਇਹ ਮੈਮਰੀ 'ਤੇ ਕਾਫੀ ਇਫੈਕਟ ਕਰ ਰਹੀ ਹੈਗੀ ਆ। ਇਹਦੇ ਬਾਰੇ ਅਜੇ ਮਾਹਰਾਂ ਦੀਆਂ ਇੱਕ ਰਾਏ ਨਹੀਂ ਹੈਗੀਆਂ, ਠੀਕ, ਅਤੇ ਕਨਫਿਊਜ਼ਨ ਕ੍ਰੀਏਟ ਕਰਦੀ ਆ। ਕੋਕੇਨ ਜਿਹੜੀ ਆ ਉਹ ਵੀ ਮੈਮਰੀ 'ਤੇ ਕਾਫੀ ਮਾੜਾ ਅਸਰ ਕਰਦੀ ਹੈਗੀ ਆ। ਅਤੇ ਸਮੋਕਿੰਗ ਜਿਹੜੀ ਹੈਗੀ ਆ ਇਹ ਬੰਦ ਕਰਨੀ ਚਾਹੀਦੀ ਜਾਂ ਘਟਾਉਣੀ ਚਾਹੀਦੀ ਆ। ਠੀਕ ਹੈ ਜੀ, ਇਹਦੇ ਵਿੱਚ ਮਾਹਰਾਂ ਨੂੰ ਅਜੇ ਪਤਾ ਨਹੀਂ ਲੱਗ ਰਿਹਾ ਵੀ ਇਹ ਕਿਸ ਤਰੀਕੇ ਨਾਲ ਇੰਟਰਫੀਅਰ ਕਰਦੀ ਆ, ਰਾਈਟ, ਰਿਜ਼ਲਟ ਆ ਰਹੇ ਨੇ ਕਿ ਇੰਟਰਫੀਅਰ ਕਰਦੀ ਆ ਮੈਮਰੀ 'ਚ। ਬਿਲਕੁਲ ਜੀ, ਇਹ ਵੀ ਫਰਕ ਪਾ ਰਹੀ ਹੈ। ਐਬਸੋਲੂਟਲੀ, ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਜੀ, ਕਿਉਂਕਿ ਹੁਣ ਜਿਹੜੇ ਹੈ ਨਾ ਜੀ, ਅੱਜ ਹੀ ਸਾਡੇ ਕੋਲ ਕੋਈ ਆਏ ਸੀ ਕੈਨੇਡੀਅਨ ਕੈਂਸਰ ਸੁਸਾਇਟੀ ਤੋਂ, ਉਹ ਵੀ ਦੱਸ ਰਹੇ ਸੀ ਕਿ ਹੁਣ ਤਾਂ ਬੱਚਿਆਂ ਵਾਸਤੇ ਇਹ ਜਿਹੜੀਆਂ ਫਲੇਵਰਡ ਸਿਗਰਟਸ ਆ ਰਹੀਆਂ ਨੇ ਉਹ ਵੀ ਇੱਕ ਬੜਾ ਇੱਕ ਚਿੰਤਾ ਦਾ ਵਿਸ਼ਾ, ਕਿਉਂਕਿ ਉਹ ਵੀ ਬੱਚਿਆਂ ਦੀ ਜਿਹੜੀ ਇਹ ਥਿੰਕਿੰਗ ਪ੍ਰੋਸੈਸ ਹੈ ਇਸ ਨੂੰ ਇੱਕ ਤਰ੍ਹਾਂ ਦਾ ਸਟੋਪ ਕਰਦੇ ਹਾਂ। ਇਸ ਬਾਰੇ ਹੋਰ ਕੀ ਕੁਝ ਕੀਤਾ ਜਾ ਸਕਦਾ ਹੈ, ਗੱਲਬਾਤ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਮੈਮਰੀ ਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ, ਇਸ ਸੰਬੰਧ ਵਿੱਚ ਡਾਕਟਰ ਰਾਜਪਾਲ ਸਿੰਘ ਜਿਹੜੇ ਕਿ ਸਾਡੇ ਮਹਿਮਾਨ ਹਨ ਮੂਡ ਡਿਸਆਰਡਰ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਤੋਂ ਉਹ ਜਾਣਕਾਰੀ ਦੇ ਰਹੇ ਸੀ। ਆਓ ਕੁਝ ਹੋਰ ਕਿਹੜੇ ਫੈਕਟਰਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੀ ਮੈਮਰੀ ਜੋ ਹੈ ਉਹ ਇੰਪਰੂਵ ਹੀ ਰਹੇ ਅਤੇ ਅਸੀਂ ਚੰਗੇ ਤਰੀਕੇ ਨਾਲ ਆਪਣੇ ਦਿਮਾਗ ਦਾ ਇਸਤੇਮਾਲ ਕਰ ਸਕੀਏ। ਇਸ ਤੋਂ ਬਾਰੇ ਗੱਲਬਾਤ ਕਰਦੇ ਹਾਂ ਡਾਕਟਰ ਰਾਜਪਾਲ ਸਿੰਘ ਨਾਲ। ਜੀ ਡਾਕਟਰ ਸਾਹਿਬ, ਹੋਰ ਕੀ ਕੀਤਾ ਜਾ ਸਕਦਾ? ਹਾਂਜੀ, ਜੇ ਜੋ ਸਾਡੀ ਉਮਰ ਵੱਧਦੀ ਹੈਗੀ ਆ ਉਹਦੇ 'ਚ ਇੱਕ ਫੈਕਟਰ ਰਿਸਰਚਰ ਦੱਸ ਰਹੇ ਹੈਗੇ ਨੇ ਕਿ ਜੇ ਅਸੀਂ ਸੋਸ਼ਲੀ ਐਕਟਿਵ ਰਹੀਏ, ਸਾਡਾ ਸੋਸ਼ਲੀ ਮੇਲ ਗੇਲ ਬਣਿਆ ਰਹੇ ਅਤੇ ਉਹਦੇ 'ਚ ਮੈਮਰੀ ਫਰਕ ਪੈਂਦਾ ਹੈਗਾ। ਉਹਨਾਂ ਨੇ ਦੇਖਿਆ ਕਿ ਜਿਹੜੇ ਲੋਕ ਸੋਸ਼ਲੀ ਐਕਟਿਵ ਹੈਗੇ ਨੇ ਇਨਕੰਪੈਰੇਟਿਵਲੀ ਜਿਹੜੇ ਸੋਸ਼ਲੀ ਨਹੀਂ ਐਕਟਿਵ ਹੈਗੇ ਉਹਨਾਂ ਦੀ ਮੈਮਰੀ ਬੈਟਰ ਸੀ। ਜਦੋਂ ਉਹਨਾਂ ਨੂੰ ਕੋਈ ਚੀਜ਼ਾਂ ਦੱਸੀਆਂ ਕਿ ਆਹ ਤੁਸੀਂ ਸਿੱਖੋ, ਆਹ ਤੁਸੀਂ, ਪਰ ਫਿਰ ਸੋਚ ਰਹੇ ਸੀ ਕਿ ਕਿਉਂ ਹੋ ਰਿਹਾ ਹੈਗਾ ਇਹ। ਰਾਈਟ, ਉਹਨਾਂ ਨੇ ਦੋ ਤਿੰਨ ਫੈਕਟਰ ਦੱਸੇ ਹੈਗੇ ਆ। ਇੱਕ ਤਾਂ ਤੁਹਾਡੇ ਬ੍ਰੇਨ ਦੀ ਐਕਸਰਸਾਈਜ਼ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਨਾਲ ਮਿਲਦੇ ਜੇ, ਜਦੋਂ ਤੁਸੀਂ ਲੋਕਾਂ ਨਾਲ ਮਿਲਦੇ ਜੇ ਉਦੋਂ ਤੁਹਾਡੇ ਸਾਰੀਆਂ ਸੈਂਸਸ ਕੰਮ ਕਰ ਰਹੀਆਂ ਹੁੰਦੀਆਂ ਨੇ। ਤੁਸੀਂ ਵੇਖ ਵੀ ਰਹੇ ਹੁੰਦੇ ਜੇ, ਸੁਣ ਵੀ ਰਹੇ ਹੁੰਦੇ ਨੇ, ਬੋਲ ਵੀ ਰਹੇ, ਇੰਟਰੈਕਸ਼ਨ ਜਵਾਬ ਵੀ ਦੇ ਰਹੇ ਜੇ, ਅਗਲੇ ਨੂੰ ਪਤਾ ਨਹੀਂ ਕਿਹੜੀ ਗੱਲ ਪੁੱਛਣੀ ਉਹਦਾ ਤੁਸੀਂ ਜਵਾਬ ਦੇਣਾ, ਤੁਹਾਡਾ ਬ੍ਰੇਨ ਬੜਾ ਐਕਟਿਵ ਰਹਿੰਦਾ ਹੈਗਾ। ਅਤੇ ਇੱਕ ਉਹਨਾਂ ਨੇ ਨਾਲ ਇਹ ਵੀ ਦੱਸਿਆ ਹੈਗਾ ਕਿ ਜਿਹੜੇ ਲੋਕ ਸੋਸ਼ਲੀ ਐਕਟਿਵ ਹੁੰਦੇ ਨੇ ਨਾ, ਉਹਨਾਂ ਦੇ ਵਿੱਚ ਸਟ੍ਰੈਸ ਘੱਟ ਹੁੰਦਾ। ਰਾਈਟ, ਅਤੇ ਓਵਰਆਲ ਜਦੋਂ ਫਿਰ ਸਟ੍ਰੈਸ ਦਾ ਇਹ ਮੈਮਰੀ ਨਾਲ ਦੇਖਦੇ ਹੈਗੇ ਆ ਤਾਂ ਉਹ ਵੀ ਬੜਾ ਫਰਕ ਪੈ ਜਾਂਦਾ ਹੈਗਾ। ਰਾਈਟ, ਦੂਸਰਾ ਹੈਗਾ ਕਿ ਜੇ ਤੁਸੀਂ ਮੈਮਰੀ ਆਪਣੇ ਠੀਕ ਰੱਖਣਾ ਚਾਹੁੰਦੇ ਜੇ, ਜਿਹੜੇ ਟੌਕਸਿਨਸ ਹੈਗੇ ਨੇ, ਇੰਜਰੀਜ਼ ਬ੍ਰੇਨ ਨੂੰ ਹੋ ਸਕਦੀਆਂ ਹੈਗੀਆਂ ਨੇ, ਉਹਨਾਂ ਤੋਂ ਸਾਨੂੰ ਬਚਾਅ ਰੱਖਣਾ ਚਾਹੀਦਾ ਹੈਗਾ। ਕਿ ਹੈਲਮਟ ਪਾ ਕੇ ਜੇ ਤੁਸੀਂ ਬਾਈਕ ਵਗੈਰਾ ਚਲਾਉਣਾ ਹੈਗਾ, ਸੀਟ ਬੈਲਟ ਜਿਹੜੀ ਹੈਗੀ ਆ ਇਹ ਵੀ ਰਿਲੇਟਡ ਹੋ ਜਾਂਦੀ ਆ ਕਿ ਜਦੋਂ ਤੁਹਾਡੀ ਇੰਜਰੀ ਹੋਣੀ ਆ ਅਤੇ ਉਦੋਂ ਤੁਹਾਡੀ ਮੈਮਰੀ ਨੂੰ ਪ੍ਰੋਬਲਮ ਹੋਣੀ। ਰਾਈਟ, ਇਹ ਤਾਂ ਹੋ ਗਿਆ ਨਾ ਡਾਕਟਰ ਸਾਹਿਬ ਐਕਸਟਰਨਲ, ਰੱਬ ਨਾ ਕਰੇ ਕਦੇ ਕਿਸੇ ਦਾ ਐਕਸੀਡੈਂਟ ਹੋ ਜਾਣ ਨਾਲ, ਪਰ ਅੱਜ ਜਿਸ ਤਰ੍ਹਾਂ ਇਨਵਾਇਰਮੈਂਟ ਦੇ ਵਿੱਚ ਟੌਕਸਿਨਸ ਹੈਗੇ ਨੇ, ਹਾਂਜੀ ਇਹ ਕਈ ਵਾਰੀ ਤਾਂ ਅਸੀਂ ਕਈ ਐਸੇ ਕੰਮ ਕਰਨੇ ਆ ਜਿਹੜੇ ਕਈ ਥਾਵਾਂ ਦੇ ਉੱਤੇ ਕਿੱਤਾ ਹੀ ਇਹੋ ਜਿਹਾ ਹੈ ਉਹਦਾ ਵੀ ਨੁਕਸਾਨ ਹੋ ਸਕਦਾ ਹੈ। ਉੱਥੇ ਮਾਸਕ ਲਾ ਕੇ ਜਾਂ ਜਿੰਨੀ ਵੀ ਪ੍ਰੋਟੈਕਸ਼ਨ ਜਿਹੜਾ ਤੁਹਾਡਾ ਕਹਿਣਾ ਉਹ ਕਰਨੀ ਚਾਹੀਦੀ ਹੈਗੀ। ਬਿਲਕੁਲ ਜੀ, ਜਿੰਨਾ ਜਿੱਥੇ ਵਰਕਪਲੇਸ 'ਤੇ ਲੈਡ ਵਗੈਰਾ ਦਾ ਹੈਗਾ, ਉੱਥੇ ਲੈਡ ਪੋਇਜ਼ਨਿੰਗ ਵਗੈਰਾ ਦਾ ਤੁਹਾਨੂੰ ਜੇ ਚਾਂਸ ਹੈਗੇ ਨੇ, ਉਹਦਾ ਮੈਮਰੀ ਨਾਲ ਕਾਫੀ ਲਿੰਕ ਹੈਗਾ, ਬਣਾਇਆ ਜਾ ਰਿਹਾ ਹੈਗਾ ਕਿ ਦੱਸਿਆ ਜਾ ਰਿਹਾ ਹੈਗਾ। ਆ ਜਿਹੜੇ ਲੋਕ ਪੇਂਟ ਵਗੈਰਾ ਕਰਦੇ ਨੇ, ਕੈਮੀਕਲਸ ਇਸਤੇਮਾਲ ਕਰਦੇ, ਡਰਾਈਵਾਲ ਦਾ ਕੰਮ, ਹਾਂ ਇਹਨਾਂ ਨੂੰ ਕਾਫੀ ਕੇਅਰਫੁਲ ਰਹਿਣਾ ਚਾਹੀਦਾ ਹੈਗਾ। ਠੀਕ, ਜਿਹੜੀਆਂ ਸਾਡੇ ਉੱਥੇ ਪੈਸਟੀਸਾਈਡ ਛਿੜਕੀਆਂ ਜਾਂਦੀਆਂ ਸੀ, ਦਵਾਈਆਂ ਜਦੋਂ ਛਿੜਕਦੇ ਹੈਗੇ ਉਹ ਵੀ ਸਾਡੇ ਬ੍ਰੇਨ 'ਤੇ ਜਿਹੜਾ ਕਾਫੀ ਅਸਰ ਪਾ ਸਕਦੀਆਂ ਹੈਗੀਆਂ ਨੇ। ਪਰ ਓਵਰਆਲ ਤੁਸੀਂ ਆਪ ਵੀ ਐਕਟਿਵ ਰਹੋ, ਬ੍ਰੇਨ ਨੂੰ ਵੀ ਐਕਟਿਵ ਰਹੋ, ਅਤੇ ਜਿਉਂਦੇ ਜੀ ਨਵੀਆਂ ਚੀਜ਼ਾਂ ਸਿੱਖੋ। ਬਿਲਕੁਲ, ਇੱਕ ਸਟੱਡੀ ਹੋਈ ਸੀ ਨਾਨਸ 'ਤੇ, ਉਹਨਾਂ ਨੇ ਦੇਖਿਆ ਜਾ ਕੇ ਕਿ ਨਾਨਸ ਦੇ ਵਿੱਚ ਅਲਜ਼ਾਈਮਰ ਡਿਜ਼ੀਜ਼ ਜਿਹੜੀ ਉਹ ਘੱਟ ਹੈਗੀ ਹੈ। ਅੱਛਾ ਜੀ, ਅਤੇ ਉਹਨਾਂ ਨੇ ਲਾਈਫ ਸਟਾਈਲ ਦੇਖਿਆ ਹੈਗਾ ਅਤੇ ਉਹਨਾਂ ਦੀਆਂ ਇੰਟਰਵਿਊਜ਼ ਉਹਨਾਂ ਨੇ ਕੀਤੀਆਂ ਅਤੇ ਬੜੇ ਕੁਝ ਉਹਨਾਂ ਨੇ ਸਾਨੂੰ ਸਟੋਰੀਜ਼ ਦੱਸੀਆਂ ਜੀ ਕਿ ਇੱਕ 103-year-old ਨਨ ਹੈਗੀ ਆ ਅਤੇ ਉਹਦੀ ਇੰਟਰਵਿਊ ਕਰ ਰਹੇ, ਉਹਨਾਂ ਕਿਹਾ ਅੱਜ ਕੱਲ੍ਹ ਤੁਸੀਂ ਕੀ ਕਰ ਰਹੇ ਜੇ? ਉਹ ਕਹਿੰਦੇ ਕਿ ਪਿਛਲੇ 6 ਮਹੀਨਿਆਂ ਤੋਂ ਮੈਂ ਸਪੈਨਿਸ਼ ਸਿੱਖ ਰਹੀ ਹੈਗੀ। ਰਾਈਟ, ਨਹੀਂ ਤਾਂ ਮਨ 'ਚ ਆਉਂਦਾ ਕਿ ਇਸ ਉਮਰ 'ਚ ਹੁਣ ਤੁਸੀਂ ਨਵੀਂ ਲੈਂਗੁਏਜ ਸਿੱਖੇ, ਕਿਉਂਕਿ ਆਮ ਤੌਰ 'ਤੇ ਜਿਹੜੀ ਤੁਸੀਂ 103 ਸਾਲਾਂ ਦੀ ਗੱਲ ਕੀਤੀ, ਸਾਡੀ ਤਾਂ 50-60 ਸਾਲ ਤੋਂ ਬਾਅਦ ਹੀ ਕਹਿੰਦੇ ਕਿ ਹੁਣ ਕੀ ਯਾਰ ਉਮਰ ਰਹਿ ਗਈ ਹੁਣ ਤਾਂ। ਸੋ ਉਹ ਤੁਹਾਡਾ ਬੜਾ ਸੋਹਣਾ ਐਗਜ਼ਾਮਪਲ ਤੁਸੀਂ ਦੇ ਰਹੇ ਹੋ ਕਿ ਆਲਵੇਜ਼ ਬੀ ਵਿਲਿੰਗ ਟੂ ਲਰਨ ਸਮਥਿੰਗ ਨਿਊ, ਕਿਉਂਕਿ ਉਸ ਨਾਲ ਤੁਹਾਡਾ ਦਿਮਾਗ ਜਿਹੜਾ ਹੈਗਾ ਉਹ ਆਟੋਮੈਟਿਕਲੀ ਕੁਝ ਨਾ ਕੁਝ ਨਵਾਂ ਗ੍ਰਹਿਣ ਕਰੇਗਾ। ਔਰ ਜਿਹੜੇ ਰਿਟਾਇਰ ਹੁੰਦੇ ਨੇ ਉਸ ਤੋਂ ਬਾਅਦ ਜਿਹੜੇ ਵਲੰਟੀਅਰ ਵਰਕ ਕਰਦੇ ਨੇ, ਹੋਰ ਬਿਜ਼ਨਸ ਚੀਜ਼ਾਂ 'ਚ ਇਨਵੋਲਵ ਰਹਿ ਜਾਂਦੇ ਨੇ, ਉਹਨਾਂ ਦੀ ਮੈਂਟਲ ਹੈਲਥ ਕਾਫੀ ਸਟਰੋਂਗ ਰਹਿੰਦੀ ਹੈ। ਰਾਈਟ, ਸੋ ਚੰਗੀਆਂ ਕਿਤਾਬਾਂ ਪੜ੍ਹੋ, ਚੰਗਾ ਇੱਕ ਸੰਗਤ ਰੱਖੋ, ਘੁੰਮੋ ਫਿਰੋ, ਮੌਜਾਂ ਲਓ, ਹੱਸਦੇ ਖਸਦੇ ਰਹੋ, ਅਤੇ ਇਹੀ ਸਾਡੀ ਮੈਮਰੀ ਨੂੰ ਬੈਟਰ ਕਰ ਸਕਦੇ। ਬਿਲਕੁਲ ਜੀ, ਬਹੁਤ ਧੰਨਵਾਦ ਜੀ ਇਸ ਇੰਪੋਰਟੈਂਟ ਟੌਪਿਕ 'ਤੇ ਗੱਲਬਾਤ ਕਰਨ ਲਈ। ਥੈਂਕ ਯੂ।